थार की बाबा 87 मेरी सारे वीरन हाथ जोड़ के बेनती है कृपा करके समाज सेवक सभ्याचार धार्मिक वृत्ति वाले लोग फेसबुक बड़े विद्वान बीबिया साड़ी वीडियो ना देख क्योंकि साड़ी वीडियो दे विच गाला निकल जाते हैं। असं पूरी कोशिश करते हैं गाला ना कढ़ीए साडे वीर फिर भी आपके जज्बातों को काबू नहीं कर सकते गाल निकल जाती है। ये वीडियो साड़ी लुचे लंडे ते काले तेल वाले वीर वास्ते है ना ही साडा चैनल सबसक्राइब करो ना ही घंटी दबाओ क्योंकि यूट्यूब फेसबुक से बहुत वधिया वधिया चीज़ां पईआं तुसीं ओह जाके देखो साडा गंद ना देखो। धन्यवाद। ਕੀ ਹਾਲ ਆ ਜੀ? ਵਧੀਆ ਵਧੀਆ। ਆ ਲਾ ਹਾਜ਼ਰੀ ਜੀ ਮੇਰੀ। ਹਾਂ 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 ਇੱਕ ਪਿੰਡ ਦਾਸ ਜਨਾਬ ਜੀ ਆਪਾਂ ਤਾਂ ਦੀ ਬਾਜੀ ਵੀ ਲੈਣੀ ਤੁਸੀਂ ਕਿਹਾ ਸੀ ਕੱਲ ਹੀ। ਉਹ ਤਾਂ ਸਹੀ ਕੱਲ ਦੀ ਬਾਜੀ ਯਾਰ ਆਪਣੇ ਮੁਲਾਜ਼ਮੀ ਬੜੇ ਗੈਰ ਹਾਜ਼ਰ ਰਹਿਣ ਲੱਗ ਗਏ। ਕੋਈ ਨਾ ਫਿਰ ਦੋ ਆਪਾਂ ਹੈਗਾ ਦੋ ਕੈਦੀ ਹੈਗਾ ਸਰਾਂ ਬੋਲ ਦੀ ਬਾਜੀ ਲਾਵਾਂਗੇ। ਉਹ ਯਾਰ ਕਿੱਥੇ ਲੱਗੂ ਬਾਜੀ ਯਾਰ ਕਿਉਂ ਲੱਗਣੀ ਕਿਉਂ ਨਹੀਂ? ਉਹ ਯਾਰ ਬੰਦੀ ਨਹੀਂ ਆਏਗਾ ਆਪਣੇ ਤਾਂ ਕੋਈ ਨਾ ਨਾ ਆਉਣ ਦੇ ਉਹਨਾਂ ਦੀ ਐਬਸੈਂਟ ਲਾ ਜਿਹੜੇ ਨਾ ਆਏ ਉਹਨਾਂ ਨੇ ਤਾਂ ਹੁਣ ਖੁੱਲ ਹੋ ਗਈ ਸੌਂਕਾਂ ਦੀ। ਹਾਂ ਸਤਿ ਸ਼੍ਰੀ ਅਕਾਲ ਜਨਾਬ। ਸਤਿ ਸ਼੍ਰੀ ਅਕਾਲ ਵੀ पानी दी वारी ते क्या सी रात तू? ओ तैनू की पता कंजर दिया सौ काम करना पैंदा कबीलदार बंदे दा। ओ पति है तेरे कबीलदार दा। चलो आपां लाउणे साहब जी बाजी फिर आ जाओ। उहनां नूं खेडणा होवे कि नहीं ओ कोई ना खड़े खा लांगे आपां नूं इधर आड़ो जी लाओ बाजी। भाभी देवर खेड लेने पली का सैट ही है तेन बनाता तेरिया पपियां तू इतने देख सी बनता की है देखना केड़ा केड़ी नूं बनाऊंगा। जल्दी बंड मड़ा या आए बंडा लुप करके वजा तन्न मारूंगा की चीज ओ दो दो तीन तीन बंड दे तैनूं आया पता जेल च बैठा तू कोटरा खलिया तो उलाओ दा इनू केड़ा होगा खेडना यार ओला तू गल्लां की करदांगा तेरे बरके तां बाले भजाया आए ना कहीं भी मैं पुलिस थाने कि कैदी जा डर जूगा मैं मुंह डरता कहते तू चुप करके तांस खेड़ ला चुप करके नहीं ये भी पा जाएंगे तेन चुप करके तांस खेड़ ला तांस ही खेड़ देगा इधर बनाने भाभी तेन मिठिया लावे ढा के सट पंगो वाला पिया तेरे उत्ते गए तेरे तेन इतने लपेटा चुप करके बाया वो पंगो डेगो यार फिर गल्ला मारे यार थोड़े को बड़ा ना बोल मेरा दिमाग वह होंगे गा घूम जाता वो जबान बंद कर लिया कर ਸਾਡੀ ਨਹੀਂ ਜਵਾਨ ਜਮੂਨ ਬੰਦ ਹੁੰਦੀ ਹੈਗੀ ਤੂੰ ਥੌਲਾ ਨਾ ਕਰਾ ਲਈ ਤਾਂ ਖੇਡਣਾ ਚੁੱਪ ਕਰਕੇ ਖੇਡ ਲਾ ਬਣ ਗਈ ਇਹਦਾ ਭਾਬੀ ਨੇ ਸੀ ਬਣੂ ਹੈਨਾ ਹੋਰ ਆ ਗੱਲ ਸੁਣ ਲਓ ਮਿਲ ਕੇ ਨਹੀਂ ਖੇਡਣ ਦੇਣਾ ਆਪਾਂ ਇਹਨਾਂ ਮਿਲ ਕੇ ਦਾ ਕੀ ਖੇਡਣਗੇ ਮੈਂ ਬਰੋਲਾ ਹੀ ਬਣਾ ਦੂੰ ਚੱਕ ਠੋਕਾ ਵੇ
ਛੱਟ ਯਾਰ ਪਤਾ ਹੈ ਤਾਂ ਪਤਾ ਆ ਪਿਆ ਯਾਰ ਖੇਡਦਾ ਕਿਹਦੇ ਨਾਲ ਹਾਂ ਆਏ ਪਿਆ ਜਨਾਬ ਰਾਤ ਨੀਂਦ ਨਹੀਂ ਆਈ ਜੀ ਮੈਂ ਘਰੇ ਕੁੱਤ ਕਲੇ ਜਾਇਆ ਪਿਆ ਦੀ ਘੁਮਾਇ ਸੁਣ ਵਾਲੀ ਸੀ ਜਨਾਬ ਉਹ ਕਿੱਥੇ ਮੁੜ ਸੀ ਦੂਜੇ ਉਹ ਤਾਂ ਖੇਡੀਆਂ ਨੇ ਜਨਾਬ ਤਾਂ ਖੇਡੀਆਂ ਨੇ ਪਹਿਲਾਂ ਪੱਤਰਕਾਰ ਆ ਗਿਆ ਵੀਡੀਓ ਬਣਾ ਕੇ ਲੈ ਗਿਆ ਕਿੰਨੀ ਬਦਨਾਮੀ ਹੋਈ ਉਹ ਤਾਂ ਲੰਬੀਆਂ ਤਾਣੀ ਪਿਆ ਉਹ ਕੀ ਨਿਗਾਹ ਰੱਖੂ ਬਾਲਾ ਟਾਉਣ ਟਾਉਣ ਜਿਹਾ ਨਾ ਕਰ ਮੈਂ ਤੈਨੂੰ ਦੱਸਾਂ ਤੂੰ ਬਾਲਾ ਵੱਡਾ ਨੀ ਹੈਗਾ ਸਟਾਰ ਤੋਂ ਇੱਥੇ ਫਿਰਦਾ ਬੱਕਰੀਆਂ ਚੱਕਣ ਵਾਲੀਆਂ ਬਹੁਤ ਵੱਡਾ ਬੰਦੇ ਨੂੰ ਆਪਦੀ ਆਈ ਤੇ ਆਜੀ ਨਾ ਇੱਕ ਮਿੰਟ ਨੀ ਭੱਜਣ ਦੇ ਫੜ ਲੈਣੇ ਤੇ ਭਰਾਵਾ ਫਿਰ ਆਓ ਆਪਦੀ ਆਈ ਤੇ ਕਦੋਂ ਆਉਂਗੇ ਆਓ ਨਾ ਆਪਦੀ ਆਈ ਤੇ ਓਏ ਉਹ ਤਾਂ ਚੱਲ ਜਿਵੇਂ ਲੰਘਿਆ ਇਹ ਜੇ ਤੁਸੀਂ ਰੰਗ ਲਾਓਗੇ ਇੱਥੇ ਘਰਾੜੇ ਮਾਰੀ ਜਾਂਦੇ ਥਾਣਿਆਂ 'ਚ ਮੁਨਸ਼ੀ ਕਿੱਥੇ ਆ ਉਹ ਮੁਨਸ਼ੀ ਇੱਧਰ ਹੀ ਹੋਣਗੇ ਤਾਂ ਖੇਡੀ ਜਾਂਦੇ ਹੋਣਗੇ ਤਾਸ ਖੇਡੀ ਜਾਂਦੇ ਥਾਣੇ 'ਚ ਤਾਸ ਉਹ ਵਗ ਜਾ ਤੂੰ ਮੇਰੀ ਨੀਂਦ ਕਾਹਨੂੰ ਖਰਾਬ ਕਰੀ ਜਾਂਦਾ ਖਰਾਬ ਕਰੀ ਜਾਂਦਾ ਲੋਕਾਂ ਦੀਆਂ ਤੁਸੀਂ ਜ਼ਿੰਦਗੀਆਂ ਖਰਾਬ ਕਰ ਦਿਓ ਤੁਹਾਡੀ ਨੀਂਦ ਨਾ ਖਰਾਬ ਕਰਕੇ ਅਸੀਂ ਨੀਂਦ ਖਰਾਬ ਹੁੰਦੀ ਹੈ ਜੀ ਪਤਾ ਹਟ ਯਾਰ ਬਾਈ ਯਾਰ ਹਿੱਟ ਪਤਾ ਹਟ ਬਾਈ ਤੂੰ ਬਲੇਡ ਛੱਡਦਾ ਹੈ ਚਲੋ ਜੀ ਆਹ ਚੱਕ ਸਾਰਾ ਸ਼ਾਬਾਸ਼ ਆਹੀ ਕੰਮ ਰਹਿ ਗਿਆ ਤੈਨੂੰ ਕੈਦੀਆਂ ਨਾਲ ਖੇਡਣ ਦਾ ਕੌਣ ਆ ਤੂੰ ਕਿਹਨੇ ਅੰਦਰ ਆਉਣ ਦਿੱਤਾ ਤੈਨੂੰ ਮੈਨੂੰ ਤਾਂ ਚਾਹੇ ਕਿਸੇ ਨੇ ਆਉਣ ਦਿੱਤਾ ਤੁਸੀਂ ਆਹ ਕੀ ਸ਼ਰਮ ਲਾਈ ਆ ਉਹ ਦੀਂਦਾ ਨਹੀਂ ਗਾ ਤੈਨੂੰ ਤਾਸ ਖੇਡੀ ਜਾਂਦੇ ਉਹ ਤਾਂ ਮੈਨੂੰ ਵੀ ਦਿਖੀ ਜਾਂਦਾ ਕੀ ਕਰਤੂਤ ਕਰੀ ਜਾਂਦੇ ਹੋ ਕੈਦੀਆਂ ਨਾਲ ਕੌਣ ਥਾਣੇ 'ਚ ਤਾਸ ਖੇਡਦਾ ਉਹ ਇਹਨਾਂ ਦਾ ਵੀ ਜੀ ਲਵਾਉਣਾ ਪੈਂਦਾ ਗਾ ਅੱਛਾ ਹੁਣ ਤੁਸੀਂ ਕੈਦੀਆਂ ਦਾ ਜੀ ਲਵਾਇਆ ਕਰੋਗੇ ਸਾਰੇ ਦਿਨ ਚਿਹਰੇ ਆ ਕੇ ਅੰਦਰ ਬੈਠੇ ਔਰ ਸਾਡਾ ਵੀ ਜੀ ਲਵਾਉਣਾ ਪੈਂਦਾ ਤੈਨੂੰ ਪਤਾ ਫੀਲਿੰਗ ਕਿੰਨੀ ਵਧੀਆ ਚੱਲੀ ਜਾਂਦੀ ਆ ਵੀ ਰੌਲਾ ਪਾਉਣ ਲੱਗਾ ਤੂੰ ਵਿੱਚ ਆ ਪਾਉਣੇ ਉਹ ਥੱਬਾ ਤਨਖਾਹਾਂ ਦਾ ਜੇਬ 'ਚ ਉਹਨੇ ਦਾ ਕੰਮ ਵੀ ਕਰਕੇ ਦਿਖਾ ਦੋ ਲੋਕਾਂ ਨੂੰ ਮਿਹਨਤ ਦੇ ਪੈਸੇ ਲੈਣੇ ਗਏ ਸੀ ਹਾਂ ਮਿਹਨਤ ਦਿਖੀ ਤਾਂ ਜਾਂਦੀ ਆ ਤੁਹਾਡੀ ਤੂੰ ਕਰਨ ਕੀ ਆ ਪਹਿਲਾਂ ਦੱਸ ਤੂੰ ਇੱਥੇ ਮੈਂ ਤਾਂ ਆਪਦੇ ਭਰਾ ਦੇ ਕਤਲ ਦਾ ਪਤਾ ਕਰਨ ਆਇਆ ਭੀਮੜੇ ਦਾ ਅੱਛਾ ਭੀਮੜੇ ਦਾ ਹਾਂ ਉਹਦੀ ਇਨਵੈਸਟੀਗੇਸ਼ਨ ਚੱਲੀ ਜਾਂਦੀ ਹੈਗੀ ਕੋਈ ਨਾ ਅਸੀਂ ਆਪ ਹੀ ਫੜ ਲਾਂ ਕਾਤਲ ਨੂੰ ਹਾਂ ਹਾਂ ਦੇਖੀ ਜਾਂਦਾ ਮੈਂ ਤੁਹਾਡੀ ਇਨਵੈਸਟੀਗੇਸ਼ਨ ਦੇਖੀ ਤਾਂ ਜਾਣਾ ਉਹ ਯਾਰ ਬਾਲਾ ਨਾ ਬੋਲ ਯਾਰ ਸਾਡੇ ਨਾਲ ਜਾਂ ਵੱਡੇ ਸਾਹਿਬ ਲਵੇ ਗੱਲ ਕਰ ਲਾ ਮੈਂ ਔਖਾਂਗਾ ਕਰੂੰਗਾ ਹੀ ਹੁਣ ਤੁਹਾਡੀ ਕਰਤੂਤ ਤਾਂ ਮੈਂ ਕਰ ਲਾ ਤੂੰ ਜਾ ਯਾਰ ਸਾਡੀ ਬਾਜੀ ਖਰਾਬ ਕਰਕੇ ਰੱਖਤੀ ਤੂੰ ਇਕੱਲੇ ਬੰਦੇ ਨੇ ਹਾਂ ਦੁਬਾਰੇ ਵੰਡਣਾ ਪਊ ਯਾਰ ਹੋਰ ਫੀਲਿੰਗ ਖਰਾਬ ਕਰ ਗਈ ਉਹ ਤਾਂ ਯਾਰ ਦੁਬਾਰੇ ਵੰਡਣਾ ਉਹ ਹੋਰ ਯਾਰ ਪਤਾ ਨਹੀਂ ਕਿੱਥੋਂ ਚੱਲ ਕੇ ਆਉਂਦੇ ਨੇ ਉੱਠੋਗੇ ਤਾਂ ਫੇਰ ਪਤਾ ਲੱਗੂ ਨਾ ਜਨਾਬ ਕੌਣ ਕੌਣ ਆਉ ਤੂੰ ਮੈਂ ਜਨਾਬ ਭੀਮੜੇ ਦਾ ਭਾਈ ਆ ਜੀ ਅੱਛਾ ਉਹ ਕਾਲਾ ਸਿੰਘ ਤੇਰਾ ਨਾਂ ਹਾਂਜੀ ਹਾਂਜੀ ਹਾਂ ਦੱਸ ਕੇ ਵੀ ਕੀ ਦੱਸਾਂ ਜਨਾਬ ਤੁਸੀਂ ਦੱਸੋ ਕੀ ਬਣਿਆ ਮੇਰੇ ਭਾਈ ਦੇ ਕਤਲ ਦਾ ਫੜੇ ਨਹੀਂ ਗਿਆ ਹਜੇ ਤੱਕ ਤੁਹਾਨੂੰ ਓਏ ਉਹ ਜਿਹੜੇ ਸਬੂਤ ਸਾਨੂੰ ਮਿਲੇ ਸੀ ਉਹ ਭੇਜੇ ਹੋਏ ਨੇ ਲੈਬ 'ਚ ਹਜੇ ਜਨਾਬ ਕਦੋਂ ਆਉਣਗੇ ਲੈਬ 'ਚੋਂ ਮੈਂ ਤਾਂ ਜਦੋਂ ਆਉਣਾ ਕਿ ਸਬੂਤ ਭੇਜੇ ਹੋਏ ਆ ਬੰਦੇ ਦੇ ਅਸੀਂ ਮਗਰ ਲੱਗੇ ਹੋਏ ਆ ਹੁਣੇ ਫੜਿਆ ਜਾਊ ਸਬੂਤ ਭੇਜੇ ਹੋਏ ਆਹੀ ਗੱਲਾਂ ਚੱਲੀਆਂ ਓਏ ਰਿਪੋਰਟ ਤਾਂ ਹੌਲੀ ਹੌਲੀ ਆਉਂਦੀ ਹੁੰਦੀ ਆ ਕਾਕਾ ਉਹਦੀ ਜਨਾਬ ਇੰਨਾ ਕੁ ਤਾਂ ਮੈਨੂੰ ਪਤਾ ਇੰਨੀ ਵੀ ਹੌਲੀ ਨਹੀਂ ਆਉਂਦੀ ਹੁੰਦੀ ਰਿਪੋਰਟ ਓਏ ਐਂ ਆਉਂਦੀ ਹੁੰਦੀ ਆ ਇੱਕ ਸਾਡਾ ਸਾਹ ਬਦਲ ਗਿਆ ਸਾਹ ਬਦਲ ਗਿਆ ਸਾਹ ਤਾਂ ਆਉਂਦੇ ਜਾਂਦੇ ਰਹਿਣਗੇ ਮੇਰਾ ਤਾਂ ਕੋਈ ਹੱਲ ਨਹੀਂ ਹੋਇਆ ਉਹ ਮੈਂ ਤਾਂ ਥੋੜੇ ਕੁ ਦਿਨਾਂ ਖਾਤਰ ਬੈਠਾ ਏ ਕੁਰਸੀ ਤੇ ਨਵਾਂ ਸਾਹਿਬ ਆਊਗਾ ਉਹਦੇ ਨਾਲ ਗੱਲ ਕਰੀ ਤੂੰ ਹਾਂ ਜਨਾਬ ਉਹੀ ਗੱਲ ਤਾਂ ਮੈਂ ਕਰ ਰਿਹਾ ਹਾਂ ਪਹਿਲਾਂ ਹੋਰ ਸੀ ਅੱਜ ਹੋਰ ਆ ਕੱਲ੍ਹ ਨੂੰ ਹੋਰ ਆ ਤੁਸੀਂ ਤਾਂ ਬਦਲਦੇ ਰਹੋਗੇ ਉਹ ਫਿਰ ਮੈਂ ਥੋੜ੍ਹੀ ਕਰੂੰਗਾ ਜੇ ਮੇਰੇ ਨਾਲ ਵੱਡਾ ਹੋਊ ਕੋਈ ਫਿਰ ਉਹ ਕਰੂਗਾ ਜਨਾਬ ਤੁਹਾਡੇ ਵੀ ਹੱਥ 'ਚ ਬਹੁਤ ਕੁਛ ਆ ਹੁਣ ਜਿੰਨੇ ਚਿਰ ਸੁੱਤੇ ਪਏ ਸੀ ਇੰਨੇ ਚਿਰ 'ਚ ਤੁਸੀਂ ਜਾ ਕੇ ਕੋਈ ਜਾਂਚ ਪੜਤਾਲ ਮੈਂ ਜਿੰਨਾ ਕੁ ਕਰ ਸਕਦਾ ਉਹਨਾਂ ਦਾ ਕਰਦਾ ਮੈਂ ਕਰਦਾ ਨਾਲੇ ਉਹ ਤਾਂ ਚਲੋ ਛੱਡੋ ਸੋਥੋਂ ਬੁੜਾ ਬੰਦਾ ਵੀ ਨਹੀਂ ਫੜਿਆ ਗਿਆ ਮਗਰ ਓਏ ਉਹ ਤਾਂ ਭੱਜਦਾ ਵਾਲਾ ਯਾਰ ਉਹ ਤਾਂ ਪਤਾ ਹੀ ਨਹੀਂ ਲੱਗਦਾ ਕਿੱਧਰ ਭੱਜ ਗਿਆ ਜਨਾਬ ਤੁਹਾਡੀ ਵੀ ਤਾਂ ਟ੍ਰੇਨਿੰਗ ਹੁੰਦੀ ਆ ਭੱਜਣ ਦੀ ਐਵੇਂ ਤਾਂ ਤੁਸੀਂ ਵੀ ਭਰਤੀ ਨਹੀਂ ਹੋ ਜਾਂਦੇ ਪਰ ਅਸੀਂ ਉਹਦੇ ਸਾਰਾ ਪਿੰਡ ਗਾਤਾ ਯਾਰ ਸਾਨੂੰ ਮਿਲਿਆ ਨਹੀਂ ਉਹ ਸਾਰੇ ਪਿੰਡ 'ਚ ਥੂ ਥੂ ਹੀ ਪਈ ਹੈ ਪੁਲਿਸ ਦੇ ਨਾਂ 'ਤੇ ਤੁਹਾਨੂੰ ਪਤਾ ਇਸ ਗੱਲ ਦਾ
ਕੋਈ ਗੱਲ ਨਹੀਂ ਤੇਰਾ ਕਾਤਾ ਲੱਭਦਾ ਹੈ ਕੋਈ ਨਾ ਤੇਰੇ ਭਾਈ ਦੇ ਦਾ ਹੋਰ ਆਹ ਗੱਲ ਕਹਿ ਕੇ ਮੈਨੂੰ ਤੋਰ ਦਿਆ ਕਰੋ ਆਹ ਚੰਗੀ ਗੱਲ ਆ ਤੁਹਾਡੀ ਉਹ ਕੋਈ ਗੱਲ ਨਹੀਂ ਹੌਸਲਾ ਰੱਖ ਕਾਕਾ ਕੋਈ ਨਾ ਹੌਸਲੇ ਯਕੀਨ ਰੱਖ ਕੋਈ ਗੱਲ ਨਹੀਂ ਹੌਸਲੇ ਨਹੀਂ ਰਹਿੰਦੇ ਹੁੰਦੇ ਗੇ ਜਦੋਂ ਕੋਈ ਗੱਲ ਨਾ ਰਾਹ ਪਵੇ ਕੋਈ ਗੱਲ ਨਹੀਂ ਕੋਈ ਨਾ ਸਤਿ ਸ਼੍ਰੀ ਅਕਾਲ ਕੋਈ ਓਰੇ ਓਰੇ ਹਾਂਜੀ ਜਨਾਬ ਕੀ ਬਣਿਆ ਤੇਰਾ ਬਣਨਾ ਕੀ ਹੈ ਜਨਾਬ ਇਹ ਤਾਂ ਤਾਸ਼ ਖੇਡੀ ਜਾਂਦੇ ਕੈਦੀਆਂ ਨਾਲ ਮੇਰਾ ਕੀ ਬਣੂਗਾ ਉਹ ਕੀ ਕਹਿੰਦਾ ਜਨਾਬ ਤੈਨੂੰ ਹੁਣ ਜਨਾਬ ਤਾਂ ਮਿੱਠੀ ਗੋਲੀ ਦੇ ਕੇ ਤੋਲ ਦਿੰਦਾ ਹਰ ਵਾਰੀ ਅੱਛਾ ਹੁਣ ਕੀ ਕਹਿੰਦਾ ਹੁਣ ਕਹਿੰਦਾ ਪਹਿਲਾਂ ਤਾਂ ਮੈਨੂੰ ਕਹਿੰਦਾ ਕਿ ਮੈਂ ਤਾਂ ਜਾਣਾ ਹੋਰ ਸਾਹਿਬ ਆਊਗਾ ਤੇ ਬਾਕੀ ਕਹਿੰਦਾ ਤੇਰੇ ਜਿਹੜੇ ਆਹ ਕਤਲ ਦੇ ਕੋਈ ਸੈਂਪਲ ਸੂੰਪਲ ਆ ਉੱਥੇ ਲੈਬ 'ਚ ਭੇਜੇ ਹੋਏ ਉਹ ਆਉਣਗੇ ਫਿਰ ਪਤਾ ਲੱਗੂਗਾ ਓਏ ਕੋਈ ਸੈਂਪਲ ਸੂੰਪਲ ਨਹੀਂ ਆਉਂਦੇ ਕੋਈ ਨਹੀਂ ਇਹ ਤਾਂ ਸਭ ਝੂਠ ਮਾਰਦੇ ਨੇ ਇਹਨਾਂ ਜਨਾਬ ਉਹ ਤਾਂ ਇਹਨਾਂ ਦੀਆਂ ਸ਼ਕਲਾਂ ਹੀ ਦੱਸੀ ਜਾਂਦੀਆਂ ਨੇ ਮੈਨੂੰ ਇਹਨਾਂ ਨੇ ਕੋਈ ਬੰਦਾ ਨਹੀਂ ਫੜਨਾ ਇੱਕ ਤਰੀਕਾ ਹੈਗਾ ਕਿਹੜਾ ਤਰੀਕਾ ਜਨਾਬ ਤੈਨੂੰ ਪਤਾ ਹੀ ਨਹੀਂ ਜਨਾਬ ਹੁਣ ਮੈਂ ਤਾਂ ਮੈਨੂੰ ਕੀ ਪਤਾ ਤਰੀਕਿਆਂ ਦਾ ਕੀ ਤੁਹਾਡੇ ਤਰੀਕੇ ਹੁੰਦੇ ਹਨ ਮੈਨੂੰ ਕੀ ਪਤਾ ਇਸ ਗੱਲ ਦਾ ਓਏ ਇੱਕ ਗੁੱਟੀ ਧਰ 50,000 ਦੀ ਇੱਕ ਗੁਲਾਬੀ ਰੰਗ ਦਾ ਨੋਟ ਮੇਰਾ ਧਰ ਇੱਕ ਬੋਤਲ ਆ ਗੁੱਟੀ 50,000 ਦੀ ਗੁਲਾਬੀ ਨੋਟ ਬੋਤਲ ਇਹ ਕੀ ਮਤਲਬ ਜਨਾਬ ਓਏ ਫੇਰ ਹੀ ਕਾਤਲ ਫੜਿਆ ਜਾਊ ਗਾਂਧੀ ਤੋਂ ਬਿਨਾਂ ਨਹੀਂ ਚੱਲਦਾ ਕੁਛ ਅੱਛਾ ਜੀ ਮੈਂ ਨਾ ਪੈਸੇ ਦਿੱਤੇ ਤਾਂ ਇਹਨੇ ਕਾਤਲ ਨਹੀਂ ਫੜਨਾ ਨਹੀਂ ਵੀ ਨਹੀਂ ਫੜਨਾ ਫਿਰ ਤਾਂ ਮਾਰੀ ਜਾਈ ਗੇੜੇ ਇੱਥੇ ਹੁਣ ਫਿਰ ਬਾਈ ਮੈਂ ਇੰਨੇ ਕਿੱਥੋਂ ਜਾਊਂਗਾ ਯਾਰ ਓਏ ਕਰ ਲਾ ਕੋਈ ਖੱਬਾ ਸੱਜਾ ਤੇਰੇ ਭਾਈ ਦਾ ਕਾਤਲ ਫੜ ਲਾਂਗੇ 50,000 ਦੀ ਗੁੱਟੀ ਲੱਗੂਗੀ ਇੱਕ ਗੁਲਾਬੀ ਰੰਗ ਦਾ ਨੋਟ ਮੇਰਾ ਲਾਜ਼ਮੀ ਲੈ ਕੇ ਜਨਾਬ ਤੁਹਾਡੇ ਵਾਲੇ ਨੋਟ ਨਾਲ ਤਾਂ ਮੈਨੂੰ ਕੋਈ ਫਰਕ ਨਹੀਂ ਪੈਂਦਾ ਪਰ 50,000 ਮੈਂ ਕਿੱਥੋਂ ਲਿਆਉਂਗਾ ਗਰੀਬ ਬੰਦਾ 50,000 ਤੋਂ ਬਿਨਾਂ ਤੇਰਾ ਕੰਮ ਨਹੀਂ ਹੋਣਾ ਕੋਈ ਹੱਲ ਕਰ ਲਾ ਖੱਬਾ ਸੱਜਾ ਚੱਲ ਦੇਖਦਾ ਫਿਰ ਜਨਾਬ ਮੈਂ ਤੁਸੀਂ ਮੈਨੂੰ ਉਦੋਂ ਹੀ ਦੱਸ ਦਿੰਦੇ ਮੇਰੇ ਕਿਵੇਂ ਨੇ ਗੇੜੇ ਮਰਵਾਏ ਓਏ ਅੱਜ ਮੈਨੂੰ ਤੇਰੇ ਤੇ ਰਹਿਮ ਆ ਗਿਆ ਕੰਜਰ ਦਿਆ ਨਾਲੇ ਮੈਨੂੰ ਨੀਂਦ ਚ ਥਾ ਦੇਣਾ ਆਈ ਵਾਰੀ ਤੂੰ ਚੱਲ ਜਨਾਬ ਮੈਂ ਕਰਦਾ ਕੋਈ ਗੱਲ ਨਹੀਂ ਫਿਰ ਹੱਲ ਤੇ ਰਹਿਮ ਨਾ ਤੁਸੀਂ ਥੋੜਾ ਛੇਤੀ ਕਰਿਆ ਕਰੋ ਬੰਦੇ ਤੇ ਓਏ ਕੋਈ ਹੱਲ ਤੇਰਾ ਹੋ ਜਾਊਗਾ ਤੂੰ ਕੋਈ ਗੱਲ ਨਹੀਂ ਤੂੰ ਪੈਸਿਆਂ ਦਾ ਇੰਤਜ਼ਾਮ ਕਰ ਜਾ ਕੇ ਚੱਲ ਮੈਂ ਦੇਖਦਾ ਜਨਾਬ ਹਾਂ ਮੈਂ ਕਰਦਾ ਸਾਹਿਬ ਨਾਲ ਗੱਲ ਚਲੋ ਚਲੋ ਭਾਈ ਉਹ ਕੱਲ ਕਿਹੜਾ ਸੀਗਾ ਜਿਹੜਾ ਲੜੀ ਜਾਂਦਾ ਸੀਗਾ ਨਹੀਂ ਪਤਾ ਨਹੀਂ ਕਹਿੰਦੇ ਭੀਮੜੇ ਦਾ ਭਰਾ ਭਰੂ ਹੈਗਾ ਉਹ ਨਹੀਂ ਜੇ ਮਾਸੀ ਹੁੰਦੀ ਨਾ ਇੱਥੇ ਸਾਰੇ ਕਰਸੇ ਲੰਘਦੇ ਕੋਈ ਨਹੀਂ ਬੋਲਦਾ ਸੀਗਾ ਚੱਲ ਤੂੰ ਮਾਸੀ ਦੀ ਪਾਠ ਪੜੀ ਜਾ ਕਰ ਉਹਨੂੰ ਨਾ ਭੁੱਲੀ ਮੇਰੇ ਪਿਓ ਦੀ ਰਾਨ ਨੂੰ ਤੇਰੇ ਕਿਵੇਂ ਚ ਲੱਗਦੀਆਂ ਵਾਹ ਉਹਨੂੰ ਚੱਤੋ ਪਰ ਮਾਸੀ 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 ਦੇ ਅੰਦਰ ਖੁਦਾਣੇ ਦਿੰਦੀ ਸੀ ਨਾ ਚਾਚਾ ਕੁਛ ਬੋਲਿਆ ਕੱਲ ਉਹ ਭਾਈ ਉਹ ਕੋਰਟ ਦਾ ਮਸਲਾ ਸੀਗਾ ਉੱਥੋਂ ਦਾ ਬੰਦੀ ਹੁਣ ਉਹਨਾਂ ਨਾਲ ਆਪਾਂ ਲੜਦੇ ਸੁਣ ਲੱਗਦੇ ਆ ਨਾ ਉਹ ਬਾਬਾ ਕਿੰਨਾ ਬੋਲਿਆ ਸੀ ਕੱਲ ਤੂੰ ਤਾਂ ਜਮੇ ਨਹੀਂ ਬੋਲਿਆ ਉਹ ਭਾਈ ਬੋਲ ਤਾਂ ਪੈਂਦੇ ਹੋਣਾ ਜਦੋਂ ਮਸਲੇ ਉਹਨਾਂ ਤੇ ਗੱਜਦਾ ਆਪਣਾ ਹੁੰਦਾ ਫਿਰ ਤਾਂ ਕਹਿੰਦੇ ਵੀ ਸੁਣ ਲੱਗਦੇ ਹੋ ਨਾ ਅਮਲੀ ਬੋਲੇ ਇਹ ਵੀ ਖੜੇ ਸੀ ਮੈਂ ਹੈਗਾ ਜੀ ਉੱਥੇ ਮੱਗਰ ਆ ਹੁਣ ਮੈਂ ਵਿੱਚ ਬਾੜ ਚ ਬੁਝੇ ਤਣਾ ਚੰਗਾ ਲੱਗ ਦੱਸ ਨਾ ਤੁਹਾਡਾ ਗੁੱਸਾ ਨਾਲੇ ਭੇੜਾ ਗਿਆ ਮੈਂ ਗੋਲੀ ਗੋਲੀ ਮਾਰ ਦਿੰਦੇ ਜੀ ਉਹ ਕੋਈ ਨਾ ਕੋਈ ਨਾ ਚਲੋ ਚਲੋ ਭਾਈ ਤਾਂ ਰਫਲ ਮਾਰਦਾ ਫਿਰ ਓਏ ਤੁਸੀਂ ਕੱਲ ਰਾਤ ਗਈ ਬਾਤ ਗਈ ਕੱਲ ਵਾਲੀ ਗੱਲਾਂ ਛੱਡੋ ਚਲੋ ਪੈਰ ਚੱਕੋ ਚਲੋ ਨਹੀਂ ਤਾਂ ਵਾਦਾ ਹਵਾ ਹੀ ਬਹੁਤ ਹੈ ਮੇਰੀ ਤਾਂ ਦੁਖਦੀ ਤਾਂ ਉਣਤੀ ਨਹੀਂ ਤਾਂ ਮੈਂ ਦੋ ਮਾਰਦਾ ਅੱਛਾ ਮਗਰ ਕਿ ਤੇਰੇ ਦੁੱਖ ਦੇ ਥਾਂ ਹੱਥ ਲਾਉਂਦਾ ਗਾ ਤੇ ਉਹ ਕੀ ਕਹਿੰਦਾ ਏਡਾ ਸਿਆਣਾ ਬੰਦਾ ਉਹ ਸਾਡੀ ਪਤਾ ਕਿੰਨੇ ਟਾਈਮ ਤੋਂ ਆਉਣੀ ਜਾਣੀ ਚੱਲ ਕੋਈ ਨਾ ਅੱਜ ਨਹੀਂ ਬੋਲ ਪਹਿਲਾਂ ਮੇਰੀ ਗੱਲ ਸੁਣ ਬਦਮਾਸ਼ੇ ਨੂੰ ਲੈ ਕੇ ਕਾਹ ਤੋਂ ਆਈਆਂ ਤੇ ਬੰਦੇ ਹੁਣ ਨਾਲ ਹੀ ਹੁੰਦੇ ਆ ਪਹਿਲੀ ਕਲੇਸ਼ ਕਰਨ ਲੱਗ ਗਿਆ ਕੋਈ ਨਾ ਅੱਜ ਨਾ ਬੋਲੇ ਜੀ ਤੁਸੀਂ ਕੋਈ ਨਾ ਇਹਨੂੰ ਕੀ ਪਤਾ ਆਪੇ ਸਾਡੇ ਘਰ ਦਾ ਮਸਲਾ ਤੈਨੂੰ ਕੀ ਪਤਾਗਾ ਤੈਨੂੰ ਕੀ ਪਤਾ ਮੇਰੀ 100,00,000 ਡਾਟਾ ਉਹਦੇ ਨਾਲ ਠੀਕ ਹੈ ਨਾ ਤੂੰ ਆਪਦਾ ਕੰਮ ਕਰ ਸਾਡੇ ਘਰ ਦੇ ਮਸਲੇ 'ਚ ਨਾ ਬੋਲ ਮੈਂ ਤੈਨੂੰ ਕਹਤਾ ਮੱਗਰ ਨੂੰ ਮਾੜਾ ਚੰਗਾ ਨਾ ਬੋਲੀ ਤੈਨੂੰ ਕੀ ਲੋੜ ਹੈ ਵੱਡੀ ਤੂੰ ਮੱਗਰ ਵਾਲੀ ਆਈਆਂ ਪੜ ਗਿਆ ਨੇ ਕੱਲ ਕਿੰਨਾ ਕਲੇਸ਼ ਕੀਤਾ ਤੀਆਂ ਖਰਾਬ ਕਰਤੀਆਂ ਇੰਨਾ ਗੁੱਸਾ ਹੋ ਜਾਂਦਾ ਅੱਜ ਨਾ ਬੋਲਿਆ ਜੀ ਤੁਸੀਂ ਜਲੂਸ ਕੱਢਦਾ ਮੈਂ ਯਾਰ ਕੋਈ ਕਮਲਾ ਉਹੀ ਬੋਲੀ ਜਾਂਦਾ ਗਾ ਮੈਂ ਕੋਈ ਕਮਲਾ ਟੱਕਰਾ ਮਾਰਦਾ ਫਿਰ ਤਾਂ ਮੈਂ ਕਿਸੇ ਤੇ ਮੈਂ ਕਦੋਂ ਕਹਿੰਦੀ ਵੀ ਤੂੰ ਕਮਲਾਗਾ ਉਂਝ ਬਲੱਡ ਵਧਾ ਕੇ ਵਜਣਾ ਹੁੰਦਾ ਗਾ ਮੱਗਰੀ ਇਹ ਜੇ ਤੇਰਾ ਸਿਰ ਪਾੜ ਦਿੰਦਾ ਸਿਰ ਪਾੜ ਦਿੰਦਾ ਭੈਣ ਚੋ ਉਹਨੂੰ ਮੇਰੇ ਲੇਵੇ ਲਵਾ ਦੀ ਭੜੇ ਚਾਦਰੇ ਵਾਲੀ ਨੂੰ ਤੂੰ ਮੇਰੇ ਨਾਲ ਬੜਾ ਮੂੰਹ ਨਾ ਲੱਗ ਠੀਕ ਆ ਸਾਰੇ ਪਾਸੇ ਮੱਗਰ ਮਾਰ ਨਹੀਂ ਸੋਨੀ ਇਹਨੂੰ ਕਿਉਂ ਲਿਉਣੀ ਰੋਡੇ ਲੱਗੇ ਨੂੰ ਆਜੋ ਕਰਾ ਕਿੱਧਰ ਲੱਗਦੇ ਆ ਬੇਬੇ ਤੀਆਂ ਇੱਥੇ ਬਰੋਟੇ ਥਲੇ ਲੱਗਦੀਆਂ ਪੁੱਤ ਤੀਆਂ ਆਇਆ ਨਹੀਂ ਤੂੰ ਕਿਤੇ ਆਇਆ ਨਹੀਂ ਬੇਬੇ ਮੈਂ ਕਦੇ ਤੀਆਂ ਚ ਪੁੱਤ ਤੂੰ ਤਾਂ ਪਹਿਲੀ ਵਾਰ ਆਇਆ ਆ ਕੋਈ ਤੀਆਂ ਨਹੀਂ ਛੱਡਦਾ ਚੌਰਾ ਕਿੰਨਾ ਸਿਆਣਾ ਮੇਰਾ ਪੁੱਤ ਜਮਾ ਤੀਵੀਆਂ ਕਣੀ ਨਹੀਂ ਝਾਕਦਾ ਆ ਤਾਂ ਲੁੱਚਾ ਲੰਡਾਗਾ ਮਰੀ ਜਾਨੀ ਹੈ ਮੈਂ ਕੀ ਕਹਿਣਾ ਮੈਂ ਤਾਂ ਗੇੜਾ ਲਾ ਕੇ ਮੁੜ ਜਾਣਾ ਜੀ ਲੱਗ ਜਾਂਦਾ ਚੱਲ ਲੱਗ ਜਾਂਦਾ ਜੀ ਜੀ ਲੱਗ ਜਾਂਦੇ ਮਾਰਦੀ ਆ ਪਕਾਈ ਤੇ ਨੂੰ ਘਰੇ ਛੱਡਿਆ ਹੋਗਾ ਤੂੰ ਰਹੀ ਅੱਜ ਘਰੇ ਦੱਸਿਆ ਤਾਂ ਹੈਗਾ ਸੀਗਾ ਕੀ ਦੱਸਿਆ ਸੀ ਉਹ ਕਹਿੰਦੀ ਮੈਂ ਕਿਤੇ ਕੱਲੀ ਰਹੂੰ ਮੈਂ ਕਹਿੰਦੀ ਉੱਡਣ ਕਟੋਲਾ ਧੋਣਾ ਤੇ ਮੈਨੂੰ ਦੱਸਿਆ ਮੈਂ ਵੀ ਘਰੇ ਰਹਿ ਜਾਂਦੀ ਅੱਜ ਤੈਂ ਰਹਿ ਕੀ ਕਰਨਾ ਉਹਨੇ ਧੋ ਕੇ ਸੁੱਕਣਾ ਪਾਤਾ ਹੋ ਆ ਜਾ ਮੈਂ ਤਾਂ ਦੇਖਣਾ ਸੀ ਚੁੱਪ ਕਰਕੇ ਆ ਜਾ ਆ ਜਾ ਬੇਬੇ ਇੱਥੇ ਵੀ ਗਲੇ ਪਾਉਣ ਲੱਗ ਗਈ ਹੁਣ ਤੇ ਨਾਲੇ ਮੇਰੀ ਗੱਲ ਸੁਣ ਹਾਂ ਜਾਂ ਤਾਂ ਪੰਗਾ ਨੇ ਗੋਡਿਆਂ ਥੱਲੇ ਲੈ ਲਈ ਉਹਨੂੰ ਬੇਇੱਜ਼ਤੀ ਜੀ ਕਰਾ ਕੇ ਮੁੜਿਆ ਉਹਨਾਂ ਦਾ
ਪੈਣ ਚੋਦ ਦੀ ਪੁਲਿਸ ਨੇ ਪਹਿਲਾਂ ਡਾਂਗ ਤੋਂ ਬਚ ਗਿਆ ਉਹੀ ਪਰਚਾ ਕਰਾਏਗੀ ਤਾਂ 100 ਲੜਾਈਆਂ ਝਗੜੇ ਹੁੰਦੇ ਰਹਿੰਦੇ ਨੇ ਮੈਂ ਘਰੇ ਨਹੀਂ ਵੜਨ ਦੀ ਪੁਲਿਸ ਨੂੰ ਪਰਾ ਜਦੋਂ ਪਿੱਠ ਕੁੱਟੀ ਓਏ ਨਹੀਂ 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 ਆਏ ਨਹੀਂ ਕੁੱਟੀ ਜਾਂਦੀ ਹੁੰਦੀ ਪਿੱਠ ਕਿਸੇ ਦੀ ਫਿਰ ਤੂੰ ਉਹਦਾ ਕੋਈ ਕਾਣਾ ਹੋਏਗਾ ਹੈ ਕਾਣਾ ਕਿਉਂ ਆ ਮੈਂ ਕੀ ਕਿਹਾ ਮੈਂ ਸਾਹਮਣੇ ਤੇਰੇ ਨਾਲ ਤਾਂ ਖੜਾ ਹੁੰਨਾ ਮੈਂ ਖੜਿਆ ਹੁੰਨਾ ਨਾਲ ਕੁੱਤੇ ਪਕਾਈ ਉਹ ਇਹ ਤਾਂ ਪੁੱਤ ਉਈ ਮਾਰੀ ਜਾਂਦੀ ਆ ਕੁਛ ਨਹੀਂ ਹਜ਼ਾਰ ਜੇ ਦੇਖਦਾ ਤੂੰ ਇਹੋ ਜਿਹੀ ਕੋਈ ਗੱਲ ਨਹੀਂ ਹਾਂ 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 ਤੁਸੀਂ ਤਾਂ ਬਸ ਤੀਆਂ ਜਾਂ ਦੇਖ ਕੇ ਟੋਬੇ ਕਣੀਆਂ ਦਾ ਗੇੜਾ ਛੇੜਾ ਦੇਣਾ ਤੁਹਾਡਾ ਬੁੜੀਆਂ ਤੇ ਕੋਈ ਕੰਮ ਨਹੀਂ ਹੁੰਦਾ ਅੱਛਾ ਤੇਰਾ ਹੀ ਕੰਮ ਆ ਇਕੱਲੇ ਦਾ ਓਏ ਮੁੰਡਿਆਂ ਦਾ ਗੁੱਸਾ ਕਰ ਜਾਂਦੀ ਆ ਸਾਡੇ ਬੁੜਿਆਂ ਦਾ ਕੋਈ ਗੁੱਸਾ ਕੌਣ ਕਰਦਾ ਮੇਰਾ ਪੁੱਤ ਤਾਂ ਉੱਥੇ ਦੇਖੂ ਦੀ ਆ ਇਹ ਕਦੇ ਬਾਹਰ ਦੇਖੀਆਂ ਨੇ ਤੂੰ ਤਾਂ ਕਹਿ ਵਾਰੀ ਦੇਖ ਨਾ ਛੱਡਿਆ ਤੀ ਕਦੇ ਮੈਂ ਦੇਖੀ ਨਹੀਂ ਬਾਪੂ ਤੀਆਂ ਕਦੇ ਕਿਵੇਂ ਲੱਗਦੀਆਂ ਹੁੰਦੀਆਂ ਦੁਬਈ 'ਚ ਲੱਗਦੀ ਨਹੀਂ ਤੀਆਂ ਪੁੱਤ ਉੱਥੇ ਕਿਹੜੇ ਤੀਏ ਲੱਗਦੇ ਆ ਅੱਛਾ ਚੱਲ ਦੇਖ ਲਈ ਫਿਰ ਅੱਜ ਇੱਕ ਅੱਧੀ ਬੋਲੀ ਸੁਣ ਕੇ ਪਰਾਂ ਲੈ ਜੀ ਮੁੰਡਿਆਂ ਨੂੰ ਚੰਗਾ ਠੀਕ ਆ ਬਾਪੂ ਇਹੀ ਸੁਣੂਆ ਸਾਰੀਆਂ ਬੋਲੀਆਂ ਚੰਗਾ ਫਿਰ ਆਜਾ ਟਾਈਮ ਚਲੋ ਲੇਟ ਨਾ ਹੋ ਜੀਏ ਪਿਆ ਲੈ ਭੈਣ ਚੁੱਦੀਆਂ ਨੇ ਕਰਤਾ ਨਾ ਫਿਰ ਉਹੀ ਕੰਮ ਕੌਣ ਇੱਥੇ ਰੋਜ਼ ਸਦਿਆਂ ਲਿਆ ਖਲਾਰਦੀਆਂ ਫੇਰ ਕੀ ਹੋਗਾ ਤੈਂ ਕੀ ਕਰਨਾ ਸੀਗਾ ਪਹਿਲਾਂ ਮੈਨੂੰ ਐਂ ਦੱਸ ਤੈਨੂੰ ਕਹਿੰਦਾ ਕੌਣ ਆ ਵੀ ਇੱਥੇ ਉਹਨੂੰ ਨਾ ਆਇਆ ਕਰ ਚੱਲ ਚੁੱਪ ਕਰ ਕੋਈ ਨਹੀਂ ਜੀ ਹੁਣ ਤਾਂ ਮਜ਼ਾ ਆਉਣ ਲੱਗਿਆ ਗਾ ਦੱਸ ਦੋ ਦਿਨ ਹੁੰਦੇ ਤੀਆਂ ਦੇ ਕੋਈ ਨਹੀਂ ਗੁੱਸਾ ਨਾ ਕਰਿਆ ਕਰੋ ਇਹ ਕੁੜੀਏ ਮੈਂ ਆਪਣੀ ਕੱਲ ਵੀ ਗੱਲ ਹੋਈ ਸੀ ਠੀਕ ਹੈ ਤੂੰ ਮੇਰੇ ਨਾਲ ਬਕਵਾਸਬਾਜੀ ਨਹੀਂ ਕਰਨੀ ਆਪਣਾ ਕੋਈ ਮਤਲਬ ਨਹੀਂ ਹੈਗਾ ਇੱਕ ਦੂਜੇ ਨਾਲ ਬੋਲਣ ਦਾ ਤੇ ਤੈਨੂੰ ਕਿਹੜਾ ਕੰਜਰ ਲਿਖ ਕੇ ਦਿੰਦਾ ਵੀ ਇੱਥੇ ਚੱਲ ਜੀ ਨਾ ਗੁੱਸਾ ਨਾ ਕਰੋ ਤੁਸੀਂ ਜਾਓ ਅਸੀਂ ਪਿੰਗਾ ਝੂਟ ਲਗੇ ਜਾਓ ਐਦੋਂ ਬਾਅਦ ਕਦੇ ਆਉਣਾ ਹੋਇਆ ਨਾ ਆਪਾਂ ਆਇਆ ਕਰਾਂਗੇ ਠੀਕ ਹੈ ਇਹਨੂੰ ਨਹੀਂ ਲੈ ਕੇ ਆਉਣਾ ਕਿਹਦਾ ਕੁਸਾ ਜੀ ਹਾਂ ਜੀ ਜਿਵੇਂ ਤੁਸੀਂ ਕਹੋਗੇ ਉਵੇਂ ਕਰਾਂਗੇ ਬੋਲਿਆ ਨਾ ਇਹ ਇਹਨੂੰ ਬੋਲਣ ਦੀ ਅਕਲ ਨਹੀਂ ਹੈਗੀ ਸੇ ਨਾ ਤੂੰ ਚੁੱਪ ਕਰ ਜਾਣ ਕਿਉਂ ਕਦ ਬੋਲੀ ਨਹੀਂ ਆ ਬਾਲੀਓ ਛੱਪੜ ਤੇ ਮਾਰੂ ਚਲਾ ਕੇ ਐ ਕਿਵੇਂ ਮਾਰੇਂਗੀ ਤੂੰ ਮੈਂ ਲਿਆਜ ਕਰੀਏ ਨਾ ਵੀ ਚੱਲ ਕਾਨੂੰ ਚੱਲ ਜੀ ਕੋਈ ਨਹੀਂ ਗੁੱਸਾ ਨਾ ਕਰੋ ਜਾ ਕੋਈ ਨਾ ਤੂੰ ਮੈਂ ਬਥੇਰੇ ਸਿੱਧੇ ਕਰ ਸਾਡਾ ਗੁੱਸਾ ਨਾ ਕਰਿਆ ਕਰੋ ਸਿੱਧੇ ਆਪਾਂ ਕੋ ਚਾਹੋਗੇ ਸਿੱਧੇ ਕਰ ਤੂੰ ਵੀ ਬਹੁਤ ਬੋਲਦੀ ਨਹੀਂ ਮੈਨੇ ਝੂਟਾ ਦੇ ਦੇ ਪਹਿਲਾਂ ਕਾਰ ਚਾਹ ਨਾ ਮੈਨੂੰ ਵੀ ਦੇ ਦੇ ਨੇ ਤੂੰ ਲੈ ਲੈ ਕੁੜੇ ਹੁਣ ਹਾਂ ਮੈਂ ਲੈ ਚਲੋ ਚਲੋ ਪਹਿਲੀ ਖੜਗੋ ਹੈ ਨੀ ਕਿਵੇਂ ਆ ਕਿਵੇਂ ਆ ਵਧੀਆ ਵਧੀਆ ਤੂੰ ਦੱਸ ਲੈਣੀ ਉੱਤਰ ਪਰੇ ਹੋ ਜਾ ਮੈਂ ਤਾਂ ਦੂਰ ਹੋ ਕੇ ਗੱਲ ਕਰ ਮੇਰੇ ਨਾਲ ਮਾਰਾ ਥਾਪੜਾ ਨਾ ਟੋਬੇ ਤੇ ਸੜ ਦੋ ਕੀ ਬੋਲਦੇ ਤੂੰ ਪੀ ਗਏ ਨਹੀਂ ਅਰੇ ਤੇਰੀ ਮਾਂ ਦੀ ਤੇਰੀ ਜਗਾਤਰੀ ਦੀ ਹਾਂ ਮੇਰੀ ਗੱਲ ਸੁਣ ਹਾਂ ਹੋਇਆ ਕੀ ਹੈ ਤੂੰ ਕੱਲ ਮੇਰੇ ਤੇ ਬੋਲੀ ਪਾਈ ਸੀ ਲਾ ਕੇ ਮੈਂ ਕਿਹੜਾ ਘਹਾਰਾਂ ਚ ਨਿਕਲੀ ਆ ਪਰ ਮੈਨੂੰ ਕੀ ਪਤਾ ਮੈਂ ਤਾਂ ਸੁਤੇ ਸੁਭਾ ਪਾਤੀ ਮੈਨੂੰ ਕੀ ਪਤਾ ਤੂੰ ਗੁਸਤਾ ਉਡਾਂਗੀ ਘਹਾਰਾਂ ਚ ਤੇਰੀ ਮਾਂ ਨਿਕਲਦੀ ਆ ਤੇਰੀ ਮਾਂ ਨਿਕਲਦੀ ਮਾਰਾ ਥਾਪੜਾ ਪੱਲੇ ਬੱਕ ਲਾ ਮੂੰਹ ਨੂੰ ਕੋਈ ਨਾ ਮੱਖੋ ਖੜ ਜਾ ਭਾਈ ਲੜੇ ਬਾਣਾ ਹੋ ਓ ਖੜ ਜਾ ਖੜ ਜਾ ਖੜ ਜਾ ਛੱਡ ਲਾ ਲਾ ਕੇ ਜੱਟ ਦੇ ਪਿਓ ਦੀ ਤੀਵੀਂ ਆਂਗੀ ਮਾਰਾ ਥਾਪੜਾ ਕਾ ਪਾ ਤੂੰ ਰੰਡੀ ਨਾ ਹੋਵੇ ਓ ਜਵਾਖੋ ਡਿੱਗ ਜੋ ਫਿੱਟ ਜਾ ਕੇ ਲੱਜ ਮੇਰੀ ਚ ਪਾਪੀ ਹਟ ਜਾ ਨਹੀਂ ਪਾਪੀ ਹਟ ਜਾ ਨਹੀਂ ਪਾਪੀ ਹਟ ਜਾ ਹੋਰ ਜੇ ਮਾਰੂ ਰਖੜਾ ਇੱਧਰ ਹੋ ਜਾ ਮੇਰੇ ਛਾਲੇ ਦੀ ਕਿਵੇਂ ਬਣ ਜਾ ਓ ਡਿੱਗ ਜਾ ਭਾਈ ਤੂੰ ਸਿਆਣੀ ਨਹੀਂ ਬਸ ਕਰ ਪੈਣੀ ਬਸ ਕਰ ਚੁੱਪ ਕਰ ਜੋ ਚੁੱਪ ਕਰ ਜਾ ਹੁਣ ਤੁਸੀਂ ਚੁੱਪ ਕਰਨਾ ਕੀ ਲਊਗਾ ਦੱਸੋ ਮੈਂ ਮੂੰਹ ਕੁੱਟ ਕੇ ਚੁੱਪ ਕਰ ਜਾ ਕੁੜੀਏ ਚੁੱਪ ਕਰ ਜਾ ਚੁੱਪ ਕਰ ਜਾ ਤੁਸੀਂ ਵੀ ਲੈ ਲੋ ਝੂਟਾ ਜੇ ਕੋਈ ਬੋਲਦੀ ਤਾਂ ਦੱਸ ਓ ਲੈ ਲੈ ਭਾਈ ਅਮਰੀ ਤੂੰ ਵੀ ਲੈ ਲਾ ਦੋ ਝੂਟੇ ਲੈ 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 ਓ ਲੈ ਲੋ ਭਾਈ ਕਿਉਂ ਲੜਾਈ ਕਰਦੇ ਹੋ ਕਿਉਂ ਲੜਾਈ ਕਰਦੇ ਹੋ ਬਾਬਾ ਥਾਂ ਥਾਂ ਤੇ ਗੋਹਾ ਖਾਂਦੀ ਚੁੱਪ ਕਰ ਜਾ ਭਾਈ ਚੁੱਪ ਤੇਰੀ ਮਾਂ ਖਾਂਦੀ ਹੋ ਤੂੰ ਖਾਂਦੀ ਹੋਵੇਂਗੀ ਚੁੱਪ ਕਰ ਜਾ ਭਾਈ ਚੁੱਪ ਚੁੱਪ ਨੀ ਟਿਕਣ ਦਾ ਕੀ ਲਵੇਂਗੇ ਤੂੰ ਹਾਂ ਇਹਨੇ ਬੋਲਣ ਦੀ ਅਕਲ ਕਿਨੇ ਸਿਖਾਈ ਨਿਆਣ ਪੜ ਜੀ ਭਾਈ ਚੁੱਪ ਕਰੀ ਗਰਾਂ ਦੀ ਮੈਂ ਤਾਂ ਲੈ ਲੈ ਕੇ ਬੋਲਦਾ ਬਹੁਤ ਤੁਸੀਂ ਤੇਰੇ ਤੇ ਨਹੀਂ ਪਾਈ ਬੋਲੀ ਬਣੇ ਮੈਂ ਨਹੀਂ ਪਾਈ ਮੈਂ ਤਾਂ ਉਹ ਪਾਤੀ ਸੁੱਤੇ ਸਵਾ ਚੁੱਪ ਕਰ ਜਾ ਅੱਜ ਤੁਸੀਂ ਸੱਚੋ ਬਹਾਰਾਂ ਜੇ ਨਿਕਲ ਦੱਸ ਭਾਣੇ ਨਿਕਲਦੀ ਹੋ ਤਾਂ ਇਹਨੂੰ ਗੱਲ ਥਿਆ ਗਈ ਚੁੱਪ ਕਰ ਜਾ ਭਾਈ ਤੂੰ ਚੁੱਪ ਕਰ ਜਾ ਓਏ ਅਮਲੀ ਆ ਜਾ ਉਹ ਤੂੰ ਵੀ ਆ ਜਾ ਮੈਨੂੰ ਕੱਲ ਦਾ ਗੁੱਸਾ ਸੀ ਤੇਰੇ ਤੇ ਫਿਰ ਚੜਾਈ ਜਾ ਗੁੱਸਾ ਡੇ ਮੈਂ ਨਹੀਂ ਡਰਦੀ ਕਿਸ ਤੋਂ ਨਾ ਮੈਂ ਸੋੜ ਤੇ ਬੋਲੀ ਪਾਈ ਚੁੱਪ 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 ਉਹ ਭਾਈ ਹੋ ਕੀ ਹੋ ਗਿਆ ਬੇ ਮਗਰਾ ਲੜੀ ਜਾਂਦੀਆਂ ਨੇ ਉਹ ਹਾਂ ਇਹਨਾਂ ਨੇ ਦੋ ਗਿਆ ਪਹਿਲੇ ਆ ਜਾ ਚੱਕ ਵੀ ਭਰੀ ਆ ਜਾ
ਨਿਕਲਦੀ ਹੋਵੇਂਗੀ ਗਾਹਾਂ ਤੇ ਤਾਂ ਗੁੱਸਾ ਆਇਆ ਤੈਨੂੰ ਓ ਚੱਪੀ ਆ ਜੋ ਨਹੀਂ ਨਹੀਂ ਨਿਕਲਦੀ ਜਿਹੜਾ ਕੰਜੀ ਪਾਣ ਮਰੀ ਜਾਂਦੀ ਨੇ ਕੀ ਹੋ ਗਿਆ ਭਾਈ ਕੀ ਗੱਲ ਹੋ ਗਈ ਭਾਈ ਮੇਰੀ ਗੱਲ ਸੁਣ ਮੱਗਰਾ ਤੂੰ ਸਿਆਣਾ ਬਿਆਣਾ ਹਾਂ ਭਾਈ ਹਾਂ ਮੇਰੇ ਹੱਕ ਦੀ ਗੱਲ ਕਰਾਂਗਾ ਕਿ ਇਹਦੀ ਦੀ ਓਏ ਆਪਾਂ ਤਾਂ ਭਾਈ ਸਾਰੇ ਸਾਂਝੀ ਗੱਲ ਕਰਾਂਗੇ ਗੱਲ ਕੀ ਹੋਗੀ ਕੀੜੇ ਪੈਣ ਜੇ ਮੈਂ ਝੂਠੀ ਆ ਤੂੰ ਮੇਰੀ ਗੱਲ ਸਿਆਣੇ ਬੰਦੇ ਗੱਲ ਕਰਨ ਚੁੱਪ ਕਰ ਜਾ ਮੈਨੂੰ ਸਾਰਾ ਪਿੰਡ ਸਹਲਾਉਂਦਾ ਮੈਨੂੰ ਕੋਈ ਤੁਹਾਡੇ ਪਿੰਡ ਚ ਕਹਿ ਕੇ ਦਿਖਾ ਵਿਸ਼ਿੰਦੀ ਮਾੜੀ ਆ ਨਾ ਭਾਈ ਨਾ ਇਹ ਤਾਂ ਵਿਚਾਰੀ ਕਿਸੇ ਕਣੀ ਅੱਖ ਪਟਕੇ ਨੀ ਝਾਗਦੀ ਨਰਮ ਕੁੜੀ ਆ ਇਹਨੂੰ ਕੀ ਹੋ ਗਿਆ ਗੱਲ ਕੀ ਹੋਈ ਐ ਇਹ ਮੈਨੂੰ ਕਹਿੰਦੀ ਇਹਨੇ ਲਾ ਕੇ ਕੱਲ ਮੇਰੇ ਤੇ ਬੋਲੀ ਪਾਈ ਕਹਿੰਦੀ ਤੂੰ ਘਹਾਰਾ ਚੋਂ ਨਿਕਲਦੀ ਮਾਸੜ ਜੀ ਮੈਨੂੰ ਕੋਈ ਬੋਲੀ ਦਾ ਆਇ ਨਹੀਂ ਸੀ ਮੇਰੇ ਲਾ ਕੇ ਪਾਈ ਐ ਮੈਂ ਤਾਂ ਨਾ ਸੁੱਤੇ ਸੁਭਾ ਪਾਤੀ ਕਹਿੰਦੀ ਲੈ ਮੇਰੇ ਤੇ ਤੂੰ ਬੋਲੀਆਂ ਪਾਉਣੀਆਂ ਲੈ ਮੈਨੂੰ ਕੀ ਲੋੜ ਆ ਕਿ ਮੈਂ ਇਹਨੂੰ ਜਾਣਦੀ ਨਹੀਂ ਕਰਦੀ ਨਹੀਂ ਲੈ ਮੱਕਰ ਮੈਨੂੰ ਮਾੜੀ ਕਹਿ ਦੇ ਤੇ ਮੇਰੇ 50 ਮਾਰੀ ਛਿੱਤਰ ਨਾ ਭਾਈ ਨਾ ਇਹੀ ਤਾਂ ਗੱਲ ਨਹੀਂ ਘਹਾਰਾ ਤੈਨੂੰ ਸਾਰੀਆਂ ਬੁੜੀਆਂ ਜਾਂਦੀ ਨੇ ਪਾਥੀਆਂ ਲੈਣ ਇਹਦਾ ਕੀ ਮਤਲਬ ਹੋਇਆ ਆ ਬੰਨੇ ਹੱਥ ਤੂੰ ਜਿੱਤੀ ਮੈਂ ਹਾਰੀ ਭੈਣੇ ਖੜਾ ਛੱਡ ਦੇ ਕੁੜੀਏ ਇਹ ਤਾਂ ਬਾਲੀ ਚੰਗੀ ਆ ਚਲੋ ਭਾਈ ਚਲੋ ਕੋਈ ਨਾ ਗੁੱਸੇ ਨਹੀਂ ਕਰਦੇ ਤੇ ਚਲੋ 20 ਸਾਲ ਹੋ ਗਏ ਮੈਂ ਆਉਂਦੀ ਇਹਨੂੰ ਇਹਨਾਂ ਦੇ ਚਲ ਭਾਈ ਝੂਟੇ ਲੈ ਲੋ ਭਾਈ ਇਹ ਤਾਂ ਇੰਨੀ ਚੰਗੀ ਚਲੋ ਚੋੜਾ ਚਲੋ ਕੇ ਮੇ ਭੇਜਦੀਆਂ ਚਲੋ ਚਲੋ ਇਹ ਤਾਂ ਚੱਲਦਾ ਹੀ ਰਹਿੰਦਾ ਕੰਮ ਨੂੰ ਨਾ ਕੁਛ ਨਹੀਂ ਹੁੰਦਾ ਚਲੋ ਚਲੋ ਲੋ ਕਰਾ ਝੂਟੇ ਚਾਟੇ ਕਰਾ ਬਹੁਤ ਮੱਥਾ ਮਾਰੇ ਸਰਦਾਰ ਜੀ ਸੁਣਦੀ ਨਹੀਂ ਹੈਗੀ ਉਹੀ ਲੜੀ ਜਾਂਦੀ ਇੱਧਰ ਹੋ ਜਾ ਇੱਧਰ ਹੋ ਜਾ ਚਲੋ ਚਲੋ ਭਾਈ ਇਹ ਤਾਂ ਬੰਦਾ ਨਾਲ ਵੀ ਟੱਪੀਆਂ ਪਈਆਂ ਨੇ ਜਮੀ ਇਹ ਬੱਟਾ ਸਾਰਾ ਝੂਟਾ ਦੇ ਨੂੰ ਬੱਟਾ ਜਾ ਤੇ ਨਹੀਂ ਸੋਨੀ ਚਲੋ ਚਲੋ ਨੀ ਬਾਰੀ ਵੱਟੀ ਕਰ ਲੋ ਸਾਰੇ ਝੂਟੇ ਚਲੋ ਆ ਜਾਓ ਭਾਈ ਆਪਾਂ ਤਾਂ ਉਧਰ ਹੀ ਬੈਠ ਹਾਂ ਜੀ ਹਾਂ ਚਲੋ ਚਲੋ ਆ ਜਾਓ ਕਰ ਹੋਰ ਆਏ ਓਏ ਹੁਣ ਨਾ ਲੜੀਓ ਜਵਾਖ ਹਾਏ ਲੰਡਰਾ ਬੰਦ ਤਾਂ ਕਰ ਦੂਆਂ ਨੇ ਹਾਰ ਜੋ ਨਾ ਨਹੀਂ ਬਦਮਾਸ਼ ਇਹਨੂੰ ਥੱਲੇ ਤਾਰ ਨਹੀਂ ਛੋੜਿਆ ਇਹਨੂੰ ਇਹਨੂੰ ਉਹੀ ਹੈ ਬੇਕਾਰ ਜੀ ਤਾਂ ਹੋਰ ਕੀ ਹੈ ਨਹੀਂ ਮਰੇਗੀ ਬੇਵਾ ਥੱਲੇ ਉਤਰੇ ਉਤਰੇ ਹਟੇ ਗਈ ਉਤਰੇ ਥੱਲੇ ਉਤਰੇ ਉਤਰ ਨਹੀਂ ਚੜ੍ਹ ਨਹੀਂ ਵੱਡਾ ਝੂਟਾ ਦੇ ਦੇ ਡਿੱਗਣਾ ਪਈ ਹੁਣ ਤੁਸੀਂ ਲੜਕੋ ਨਹੀਂ ਥੱਲੇ ਸੁੱਬੀ ਚ ਬੰਨਣ ਵਾਲੀ ਆ ਗਈ ਆ ਥੱਲੇ ਲੌਂਕੀ ਚ ਜਾਂਦਾ ਬਹਿ ਜਾ ਪੁੱਤੇ ਤੇ ਬਹਿ ਜਾ ਕਾਟਰ ਚ ਭਾਰ ਵਾਲਾ ਕਿ ਤੂੰ ਡੇਗ ਤੂੰ ਨਹੀਂ ਬਸ ਕਰੋ ਨਹੀਂ ਬਥੇਰੀ ਸੁਣਿਆ ਸੀ ਜਾ ਆਜੋ ਹੁਣ ਬੋਲੀਆਂ ਪਾਉਣੀਆਂ ਨਹੀਂ ਬਸ ਨਹੀਂ ਰਹਿਣਦੇ ਨਹੀਂ ਰਹਿਣਦੇ ਚਲੋ ਨਹੀਂ ਕੁੜੀਓ ਬੋਲੀਆਂ ਪਾਈਏ ਆਜੋ ਚਲੋ ਨਾਲੇ ਗਿੱਧਾ ਗਿੱਧਾ ਪਾਈਏ ਚਲੋ ਆਜੋ 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 ਪੁੱਤ ਆਜਾ ਆਜੋ ਨਹੀਂ ਆਜੋ ਗੱਲ ਸੁਣ ਯਾਰ ਜੇ ਅੱਜ ਕੋਈ 19 ਕੀ ਹੋਣ ਲੱਗੀ ਨਾ ਤੂੰ ਮੇਰੇ ਨਾਲ ਲੱਗਣਾ ਠੀਕ ਹੈ ਬਸ ਕੋਈ ਗੱਲ ਨਹੀਂ ਚੱਕਰ ਨਾ ਮੰਨ ਤੇਰੇ ਨਾਲ ਆਵਾਂ ਹਾਂ ਇਹ ਭੈਣ ਚੋਂ ਤਾਂ ਬੰਦੇ ਕਈ ਇਕੱਠੇ ਹੋ ਕੇ ਆਉਂਦੇ ਮੇਰੀ ਇਕੱਲੇ ਦੀ ਫਾਲ ਨਹੀਂ ਪਊਦੀ ਉਹ ਕੋਈ ਗੱਲ ਨਹੀਂ ਜਮਾ ਪਰਵਾਹ ਨਾ ਮੰਨ ਤੇਰੇ ਨਾਲ ਅੱਜ ਮੈਂ ਤੂੰ ਬਸ ਵਿੱਚ ਵੱਜੀ ਜਾ ਕੇ ਮੈਂ ਦੇਖੂੰਗਾ ਤੇ ਮੈਂ ਲਾਉਂਗਾ ਮੈਂ ਸਾਲੇ ਦਾ ਡਰਾਮਾ ਫੜੂੰਗਾ ਸਿੱਧਾ ਜਾ ਕੇ ਠੀਕ ਕੋਈ ਗੱਲ ਨਹੀਂ ਅੱਜ ਕੱਢ ਦਿੰਦਾ ਸਰ ਕੀਤੀ ਹੈ ਨਾ ਤਾਂ ਮੈਂ ਕੋਈ ਕਸਰ ਨਹੀਂ ਛੱਡਦਾ ਬਸ ਕੋਈ ਗੱਲ ਨਹੀਂ ਸਾਰੇ ਸਾਹਮਣੇ ਕਿਹੜੀ ਸੁਣੋ ਨੂੰ ਉਹਦਾ ਉੱਥੇ ਬੈਠਾ ਯਾਰ ਹਜੇ ਆਊਆ ਆਊਆ ਉਹ ਚਗਲਾ ਇੱਥੇ ਆਊ ਉਹਨੇ ਕਿੱਧਰ ਜਾਣਾ ਕੋਈ ਗੱਲ ਨਹੀਂ ਦੇਖਦਾ ਸਾਰੇ ਤਾਂ ਗਹਿਣੇ ਮੇਰੇ ਮਾਪਿਆਂ ਨੇ ਪਾਏ ਇੱਕੋ ਤਵੀ ਤੇ ਉਹਦੇ ਘਰ ਦਾਨੀ ਜਦੋਂ ਲੜਦਾ ਤੇ ਲਾਦੇ ਲਾਦੇ ਘਰ ਦਾਨੀ ਜਦੋਂ ਲੜਦਾ ਤੇ ਲਾਦੇ ਲਾਦੇ ਘਰ ਦਾਨੀ ਮੌਤ ਮੌਤ ਨਾ ਕਰਿਆ ਕਰਨੀ ਵੇਖ ਮੌਤ ਦੇ ਕਾਰੇ ਨੀ ਪਹਿਲਾਂ ਮੌਤ ਨੇ ਦਿੱਲੀ ਲੁੱਟੀ ਬੱਲੇ ਬੱਲੇ ਪਹਿਲਾਂ ਮੌਤ ਨੇ ਦਿੱਲੀ ਲੁੱਟੀ ਫੇਰ ਬੜੀ ਪਟਿਆਲੇ ਨੀ ਨੱਬ ਸ਼ਹਿਰ ਦੀ ਮਰਗੀ ਕੰਜਰੀ ਬੱਲੇ 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 ਨੱਬ ਸ਼ਹਿਰ ਦੀ ਮਰਗੀ ਕੰਜਰੀ ਰੌਣਕ ਲੈ ਗਈ ਨਾਲੇ ਤੇਰੀ ਫੋਟੋ ਤੇ
ਹੁਣ ਕੁਵਾਰੀ ਤੇਰੀ ਫੋਟੋ ਦੇ ਸ਼ਰਤਾਂ ਲਾਉਣ ਕੁਵਾਰੇ ਤੇਰੀ ਫੋਟੋ ਤੇ ਸ਼ਰਤਾਂ ਲਾਉਣ ਕੁਵਾਰੇ ਤੇਰੀ ਫੋਟੋ ਤੇ ਗੱਦਾ ਲਾਉਣ ਕੁਵਾਰਾ ਪੁੱਤ ਸ਼ੈਲਸ਼ਵੀਲਾ ਵਾਰੀ ਵਰਸੀ ਖੱਟਣ ਗਿਆ ਸੀ ਚੋਚੋ ਪੈਂਦਾ ਰੰਗ ਨੀ ਮੈਂ ਗਾਜਰ ਵਰਗੀ ਚੋਚੋ ਪੈਂਦਾ ਰੰਗ ਨੀ ਮੈਂ ਗਾਜਰ ਵਰਗੀ ਚੋਚੋ ਪੈਂਦਾ ਰੰਗ ਨੀ ਮੈਂ ਗਾਜਰ ਰੰਗ ਨੀ ਤੂੰ ਗਾਜਰ ਖਾ ਗਈ ਚੋਚੋ ਪੈਂਦਾ ਰੰਗ ਨੀ ਤੂੰ ਗਾਜਰ ਖਾ ਗਈ ਛਿੰਦੀ ਕੁੜੀ ਨੇ ਸੁਖਣ ਸਮਾਈ ਛਿੰਦੀ ਕੁੜੀ ਨੇ ਸੁਖਣ ਸਮਾਈ ਪੰਚਾਂ ਕੋਲੋ ਤੰਗ ਨੀ ਵਡਿਆਈਆਂ ਕਰਦੀ ਨੰਗ ਨੀ ਵਡਿਆਈਆਂ ਕਰਦੀ ਨੰਗ ਨੀ ਵਡਿਆਈਆਂ ਕਰਦੀ ਫੌਜ ਵਿੱਚ ਆਇਆ ਮੈਨੂੰ ਕਾਂਟੇ ਨਾਲ ਆਇਆ ਬੇ ਮੈਂ ਕੰਮ ਬਥੇਰਾ ਕਰਦੀ ਤੇਰੀ ਮਾਂ ਮੇਰੇ ਨਾਲ ਲੜਦੀ ਤੈਨੂੰ ਦੱਸੂਗੀ ਕੱਲੇ ਨੂੰ ਜਾਣਾ ਫੌਜੀ ਆਵੇ ਤੇਰੇ ਨਾਲ ਬੰਬੇ ਨੂੰ ਜਾਣਾ ਫੌਜੀ ਆਵੇ ਤੇਰੇ ਨਾਲ ਬੰਬੇ ਸੁਖੀ ਕੁੜੀ ਨੇ ਸੁਤਨ ਸਵਾਈ ਸੁਖੀ ਕੁੜੀ ਨੇ ਸੁਤਨ ਸਵਾਈ ਟੇਢੀ ਕਾਟ ਪਵਾ ਕੇ ਨੀ ਟੇਢੀ ਕਾਟ ਪਵਾ ਕੇ ਚੱਕਲੀ ਮੁੰਡਿਆਂ ਨੇ ਊਠ ਗੋਡ ਨੀ ਲਾ ਕੇ ਚੱਕਲੀ ਮੁੰਡਿਆਂ ਨੇ ਊਠ ਗੋਡ ਨੀ ਲਾ ਕੇ ਚੱਕਲੀ ਮੁੰਡਿਆਂ ਨੇ ਊਠ ਗੋਡ ਨੀ ਲਾ ਕੇ ਚੱਕਲੀ ਮੁੰਡਿਆਂ ਨੇ ਫੌਜੀ ਫੌਜੀ ਹਰ ਕੋਈ ਕਹਿੰਦਾ ਫੌਜੀ ਹੁਣ ਕਸਾਈ ਨੀ ਆਪ ਤਲੈਂਦਾ ਮਸਰਦਾਨੀ ਆਪ ਤਲੈਂਦਾ ਮਸਰਦਾਨੀ ਮੈਨੂੰ ਦੇ ਵੇਰ ਜਾਈ ਨੀ ਕਰ ਫੌਜੀ ਦੇ ਕੈਦ ਕੱਟ ਕੇ ਆਈ ਨੀ ਕਰ ਫੌਜੀ ਦੇ ਕੈਦ ਕੱਟ ਕੇ ਆਈ ਨੀ ਕਰ ਫੌਜੀ ਦੇ ਕੈਦ ਕੱਟ ਕੇ ਆਈ ਨੀ ਕਰ ਫੌਜੀ ਦੇ ਇੱਕ ਪਾਸੇ ਤਾਂ ਕਣਕਾਂ ਵੇਚੀਆਂ ਇੱਕ ਪਾਸੇ ਗੋਭੀ ਮੜਕ ਬਥੇਰੀ ਸੀ ਕਾਲੇ ਰੰਗ ਨੇ ਡੋਬੀ ਨੀ ਮੜਕ ਬਥੇਰੀ ਸੀ ਕਾਲੇ ਰੰਗ ਨੇ ਡੋਬੀ ਨੀ ਮੜਕ ਬਥੇਰੀ ਸੀ ਮਗਰ ਤਾਂ ਸਾਡਾ ਆਵਦਾ ਮੂਰਤੀ ਕਿਸੇ ਦੀ ਹੋਰ ਮਗਰ ਤਾਂ ਸਾਡਾ ਆਵਦਾ ਮੂਰਤੀ ਕਿਸੇ ਦੀ ਹੋਰ ਮੂਰਤੀ ਨੱਚਦੀ ਅੱਡੀਆਂ ਦੇ ਜ਼ੋਰ ਮੂਰਤੀ ਨੱਚਦੀ ਅੱਡੀਆਂ ਦੇ ਜ਼ੋਰ ਮੂਰਤੀ ਨੱਚਦੀ ਅੱਡੀਆਂ ਦੇ ਜ਼ੋਰ ਮੂਰਤੀ ਨੱਚਦੀ ਛੋਲਿਆਂ ਦਾ ਪਟੋਲਾ ਨੀ ਇਹਨੇ ਕੀ ਨੱਚਣਾ ਛੋਲਿਆਂ ਦਾ ਪਟੋਲਾ ਨੀ ਇਹਨੇ ਕੀ ਨੱਚਣਾ ਕਿਹੜੇ ਬੁੜੇ ਵੱਲ ਵੇਖਾਂ ਬੁੜੀਆਂ ਦੱਸਦੀਆਂ ਬਾਰੀ ਵਰਸੀ ਖੱਟਣ ਗਿਆ ਸੀ ਕਹਿੰਦਾ ਕੁੜੀਏ ਬੋਲੀ ਪਾਈ ਹੋ ਗਈ ਬੱਲੇ ਬੱਲੇ ਨੀ ਬੋਲੀ ਪਾਉਂਦੀ ਗੁੱਤ ਵੈਲ ਨੇ ਹੱਲੇ ਨੀ ਬੋਲੀ ਪਾਉਂਦੀ ਦੀ ਗੁੱਤ ਵੈਲ ਨੇ ਹੱਲੇ ਨੀ ਬੋਲੀ ਪਾਉਂਦੀ ਦੀ ਗੁੱਤ ਵੈਲ ਨੇ ਮਗਰ ਮੂਰਤੀ ਨੂੰ ਸਮਝਾਲਾ ਲੱਛਣ ਮਾੜੇ ਕਰਦੀ ਆ ਮਗਰ ਮੂਰਤੀ ਨੂੰ ਸਮਝਾਲਾ ਲੱਛਣ ਮਾੜੇ ਕਰਦੀ ਆ ਵੇ ਸਾਡੇ ਕੋਠੇ ਉੱਤੇ ਟਾਵਰ ਉਹ ਟਾਵਰ ਤੇ ਚੜਦੀ ਆ ਸਾਡੇ ਕੋਠੇ ਉੱਤੇ ਟਾਵਰ ਉਹ ਟਾਵਰ ਤੇ ਚੜਦੀ ਆ ਸਾਡੇ ਕੋਠੇ ਉੱਤੇ ਟਾਵਰ ਉਹ ਟਾਵਰ ਤੇ ਚੜਦੀ ਆ ਕੱਟਣ ਗਿਆ ਨੇ ਕੀ ਕੱਟ ਲਿਆਂਦਾ ਖੜ ਕੇ ਲਿਆਂਦਾ ਟੱਲ ਕੱਟਣ ਵਾਲਾ ਨੇ ਕੀ ਕੱਟ ਲਿਆਂਦਾ ਕੱਟ ਕੇ ਲਿਆਂਦਾ ਟੱਲ ਬੁੜੀ ਨੂੰ ਭੌਂਕਣ ਦੇ ਮੇਲਾ ਵੇਖਣ ਚੱਲ ਬੁੜੀ ਨੂੰ ਭੌਂਕਣ ਦੇ ਮੇਲਾ ਵੇਖਣ ਚੱਲ ਬੁੜੀ ਨੂੰ ਭੌਂਕਣ ਦੇ ਮੇਲਾ ਵੇਖਣ ਚੱਲ ਬੁੜੀ ਨੂੰ ਭੌਂਕਣ ਦੇ ਸਸਵਰੀ ਦਾ ਐਡਾ ਜੂੜਾ ਉੱਤੇ ਪੱਤਾ ਪਾਣ ਦਾ ਲੈ ਗਿਆ ਨੀ ਲੈ ਗਿਆ ਪਾਕਿਸਤਾਨ ਦਾ ਲੈ ਗਿਆ ਨੀ ਲੈ ਗਿਆ ਪਾਕਿਸਤਾਨ ਦਾ ਲੈ ਗਿਆ ਨੀ ਸੱਸ ਮੇਰੀ ਦਾ ਐਡਾ ਜੂੜਾ ਵਿੱਚੋਂ ਨਿਕਲੀ ਜੂਣ ਸੱਸੇ ਕੰਜਰੀਏ ਮੈਂ ਨਾ ਤੇਰੀ ਨੂਣ ਸੱਸੇ ਕੰਜਰੀਏ ਮੈਂ ਨਾ ਤੇਰੀ ਨੂਣ ਸੱਸੇ ਕੰਜਰੀਏ ਸੱਸ ਮੇਰੀ ਨੇ ਮੁੰਡੇ ਜੰਮੇ ਬਾਈ ਨੀ ਕਿਨੂੰ ਕਿਨੂੰ ਦੁੱਧ ਪਿਆਵਾਂ ਬੱਲੇ 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 ਕਿਨੂੰ ਕਿਨੂੰ ਦੁੱਧ ਪਿਆਵਾਂ ਕਿਨੂੰ ਦਵਾਂ ਦਵਾਈ ਸੌ ਜਾ ਚੁੱਪ ਕਰਕੇ ਮਾਣੋ ਬਿੱਲੀ ਆਈ ਨੀ ਸੌ ਜਾ ਚੁੱਪ ਕਰਕੇ ਮਾਣੋ ਬਿੱਲੀ ਆਈ ਨੀ ਸੌ ਜਾ ਚੁੱਪ ਕਰਕੇ ਮਾਣੋ ਬਿੱਲੀ ਆਈ ਕੱਚੇ ਪਾਣੀ ਨੀ ਕਹਿੰਦੇ ਕਾਲੇ ਕੱਚੇ ਪਾਣੀ ਨੀ ਕਹਿੰਦੇ ਕਾਲੇ ਕੱਚੇ ਪਾਣੀ ਨੀ ਕਹਿੰਦੇ ਕਾਲੇ ਕੱਚੇ ਪਾਣੀ ਨੀ ਕਹਿੰਦੇ ਕਾਲੇ
ਮੈਂ ਜੇਠ ਨੂੰ ਜੀ ਜੀ ਕਹਿੰਦੀ ਮੈਂ ਪਜਾਮਾ ਕੋਟ ਜੇਠ ਨੂੰ ਅੱਗ ਲੱਗ ਜੇ ਸਣੇ ਪਜਾਮਾ ਕੋਟ